ਦਖਲਸ ਟੀਵੀ ਦੇਖ ਰਹੇ ਹੋ ਮੈਂ rahul kala ਸ਼ਾਮ 5 ਵਜੇ ਦੀਆਂ ਖਾਸ ਖਬਰਾਂ ਲੈ ਕੇ ਹਾਜ਼ਰ ਹੋਇਆ ਅੱਜ ਪੰਜਾਬ ਦੇ ਵਿੱਚ ਵੀ ਕਈ ਥਾਵਾਂ ਦੇ ਉੱਪਰ ਸ਼ਾਮ ਦੇ ਵੇਲੇ ਬਾਰਿਸ਼ ਦੇਖਣ ਨੂੰ ਮਿਲੀ ਹੈ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਦੇ ਇਲਾਕੇ ਜਾਂ ਹਰਿਆਣਾ ਪੰਚਕੁਲਾ ਇੱਥੇ ਵੀ ਜਿਹੜਾ ਹੈ ਅੱਜ ਸ਼ਾਮ ਨੂੰ ਮੀਂਹ ਪਿਆ ਹੈ ਤੇ ਉਧਰ ਕੇਰਲ ਦੇ ਵਾਈਨਾਡ ਦੇ ਵਿੱਚ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਦੇ ਕਰਕੇ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਹੈ 175 ਤੱਕ ਪਹੁੰਚ ਗਈ ਹੈ 131 ਲੋਕ ਹਸਪਤਾਲ ਦੇ ਵਿੱਚ ਦਾਖਲ ਨੇ ਜਦੋਂ ਕਿ 220 ਲੋਕ ਹਲੇ ਵੀ ਲਾਪਤਾ ਦੱਸੇ ਗਏ ਨੇ ਮੁੰਡਕਾਈ ਚੂਰਮਾਲਾ ਤੇ ਅਟਾਮਾਲਾ ਇਸ ਤੋਂ ਬਾਅਦ ਨੂਲ ਪੂਜਾ ਪਿੰਡਾਂ ਦੇ ਵਿੱਚ ਸੋਮਵਾਰ ਤੜਕੇ 2 ਵਜੇ ਅਤੇ 4 ਵਜੇ ਦੇ ਕਰੀਬ ਜ਼ਮੀਨ ਖਿਸਕ ਗਈਆਂ ਸਨ ਕਾਰ ਪੁਲ ਸੜਕਾਂ ਤੇ ਵਾਹਨ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਗਏ ਸੀ ਆਰਮੀ 에ਅਰ ਫੋਰਸ ਐਨ ਡੀ ਆਰ ਐਫ ਐਸ ਡੀ ਆਰ ਐਫ ਪੁਲਿਸ ਅਤੇ ਡੌਗ ਸਕੁਐਡ ਦੀਆਂ ਟੀਮਾਂ ਲਗਾਤਾਰ ਬਚਾਅ ਕਾਰਜਾਂ ਦੇ ਵਿੱਚ ਜੁਟੀਆਂ ਹੋਈਆਂ ਨੇ ਦੇਰ ਰਾਤ 1000 ਤੋਂ ਵੱਧ ਲੋਕਾਂ ਨੂੰ ਰੈਸਕਿਊ ਕੀਤਾ ਗਿਆ 3000 ਲੋਕਾਂ ਨੂੰ ਮੁੜ ਵਸੇਵਾ ਕੇਂਦਰਾਂ 'ਚ ਭੇਜ ਦਿੱਤਾ ਗਿਆ ਵਾਈਨਾਡ ਤੋਂ ਇਲਾਵਾ ਮੌਸਮ ਵਿਭਾਗ ਨੇ ਮਲਪੁਰਮ ਕੋਜੀਕੋਡ ਕਨੂਰ ਅਤੇ ਕਾਸਰਗੋੜ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਹੈ ਇਸ ਕਾਰਨ ਅੱਜ ਬਚਾਅ ਕਾਰਜਾਂ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਸੰਸਦ ਵਿੱਚ ਅੱਜ ਫੇਰ ਕੇਰਲ ਦੇ ਵਾਈਨਾਡ ਦੇ ਵਿੱਚ ਜੋ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਹੋਈਆਂ ਸੀ ਇਸ ਦਾ ਜ਼ਿਕਰ ਹੋਇਆ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੁਖੀ ਪਰਿਵਾਰਾਂ ਦੇ ਪ੍ਰਤੀ ਮੇਰਾ ਮੇਰੀ ਜਿਹੜੀ ਇਹ ਸੰਵੇਦਨਾ ਹੈ ਮੈਂ ਦੇਸ਼ ਦੇ ਲਈ ਕੁਝ ਸਪਸ਼ਟ ਕਰਨਾ ਚਾਹੁੰਦਾ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ 23 ਜੁਲਾਈ ਨੂੰ ਭਾਰਤ ਸਰਕਾਰ ਨੇ ਇਸ ਘਟਨਾ ਤੋਂ 7 ਦਿਨ ਪਹਿਲਾਂ ਹੀ ਕੇਰਲ ਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਅਤੇ ਫਿਰ 24 ਤੇ 25 ਜੁਲਾਈ ਨੂੰ ਵੀ ਅਜਿਹੀ ਚੇਤਾਵਨੀ ਦਿੱਤੀ ਗਈ ਸੀ ਕਿ ਹੋਰ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਤੇ 20 ਸੈਂਟੀਮੀਟਰ ਤੋਂ ਜ਼ਿਆਦਾ ਜ਼ਮੀਨ ਖਿਸਕਣ ਦੀ ਵੀ ਸੰਭਾਵਨਾ ਜਿਹੜੀ ਜਿਤਾਈ ਗਈ ਸੀ ਜਿਸ ਕਰਕੇ ਇਸ ਵਿੱਚ ਜਿਹੜਾ ਹੈ ਲੋਕਾਂ ਦੀ ਜਾਨ ਜਾ ਸਕਦੀ ਹੈ ਅਲਰਟ ਜਾਰੀ ਪਹਿਲਾਂ ਹੀ ਕੀਤਾ ਗਿਆ ਸੀ ਸੰਸਦ ਦੇ ਮੌਨਸੂਨ ਸੈਸ਼ਨ ਦੇ ਵਿੱਚ ਅੱਜ ਦਾ ਦਿਨ ਵੀ ਰੌਲੇ ਦੀ ਪਿੰਡ ਚੜਿਆ ਸੈਸ਼ਨ ਸ਼ੁਰੂ ਹੁੰਦਿਆਂ ਹੀ ਲੋਕ ਸਭਾ ਦੇ ਵਿੱਚ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਮਲਤਵੀ ਪ੍ਰਸਤਾਵ ਤੇ ਚਰਚਾ ਦੀ ਮੰਗ ਕੀਤੀ ਸਪੀਕਰ ਨੇ ਕਿਹਾ ਕਿ ਪ੍ਰਸ਼ਨ ਕਾਲ ਦੇ ਦੌਰਾਨ ਕੋਈ ਵੀ ਪ੍ਰਸਤਾਵ ਨਹੀਂ ਆਏਗਾ ਅਤੇ ਪ੍ਰਸ਼ਨ ਕਾਲ ਤੋਂ ਬਾਅਦ ਗੱਲ ਕੀਤੀ ਜਾਏਗੀ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਦਨ ਦੇ ਵਿੱਚ ਬੁਲਾਉਣ ਦੀ ਮੰਗ ਕੀਤੀ ਗਈ ਉਧਰ ਕਾਂਗਰਸ ਦੇ ਐਮਪੀ ਚਰਨਜ ਸਿੰਘ ਚੰਨੀ ਨੇ ਪੀਐਮ ਨਰਿੰਦਰ ਮੋਦੀ ਦੇ ਵਿਰੁੱਧ ਭਾਜਪਾ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਦੇ ਭਾਸ਼ਣਾਂ ਦੇ ਕੁਝ ਹਿੱਸੇ ਅਤੇ ਪੂਰੇ ਭਾਸ਼ਣ ਦਾ ਵੀਡੀਓ ਹਟਾ ਦਿੱਤੇ ਜਾਣ ਤੇ ਲੋਕ ਸਭਾ ਦੇ ਵਿੱਚ ਵਿਸ਼ੇਸ਼ ਅਧਿਕਾਰ ਪ੍ਰਸਤਾਵ ਦਾ ਮਤਾ ਪੇਸ਼ ਕੀਤਾ ਇਸ ਤੋਂ ਪਹਿਲਾਂ ਕਾਂਗਰਸ ਨੇ ਕਿਹਾ ਸੀ ਕਿ ਉਹ ਅਨੁਰਾਗ ਠਾਕਰ ਦੇ ਵਿਵਾਦਿਤ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਨ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਨੋਟਿਸ ਜ਼ਾਇਰ ਕਰੇਗੀ ਕਈ ਕਾਂਗਰਸੀ ਨੇਤਾਵਾਂ ਨੇ ਅਨੁਰਾਗ ਠਾਕਰ ਤੋਂ ਵੀ ਮਾਫੀ ਦੀ ਮੰਗ ਕੀਤੀ ਹੈ ਦਿੱਲੀ ਦੇ ਰਾਉ ਆਈਐਸ ਕੋਚਿੰਗ ਇੰਸਟੀਚੂਟ ਦੇ ਵਿੱਚ ਤਿੰਨ ਵਿਦਿਆਰਥੀਆਂ ਦੀ ਮੌਤ ਦੇ ਮਾਮਲੇ ਦੇ ਵਿੱਚ ਦਿੱਲੀ ਹਾਈ ਕੋਰਟ ਨੇ ਐਮਸੀਡੀ ਨੂੰ ਸਖਤ ਫਟਕਾਰ ਲਗਾਈ ਹੈ ਕਾਰਜਕਾਰੀ ਚੀਫ ਜਸਟਿਸ ਅਤੇ ਜਸਟਿਸ ਵਲਦੀਪ ਬੈਂਚ ਜੋ ਡਬਲ ਬੈਂਚ ਹੈ ਇਹਨਾਂ ਨੇ ਕਿਹਾ ਕਿ ਅਜਿਹੇ ਘਟਨਾਵਾ ਸਿਸਟਮ ਦੀ ناکਾਮੀ ਹੈ ਹਾਈ ਕੋਰਟ ਨੇ ਕਿਹਾ ਕਿ ਇਹ ਸਭ ਕੁਝ ਮਿਲੀਪੁਗਤ ਦੇ ਨਾਲ ਹੋਇਆ ਹਰ ਕੋਈ ਬਲੇਮ ਗੇਮ ਖੇਡ ਰਿਹਾ ਕਿਸੇ ਦੀ ਜ਼ਿੰਮੇਵਾਰੀ ਤੱਕ ਇਹ ਕਰਨੀ ਪੈਗੀ ਜੇਕਰ ਤੁਸੀਂ ਐਮਸੀਡੀ ਅਧਿਕਾਰੀਆਂ ਨੂੰ ਪੁੱਛੋ ਕਿ ਨਾਲਾ ਕਿੱਥੇ ਹੈ ਤਾਂ ਉਹ ਨਹੀਂ ਦੱਸ ਸਕਣਗੇ ਕਿਉਂਕਿ ਉਹ ਤਾਂ ਆਪਣੇ ਏਸੀ ਵਾਲੇ ਦਫ਼ਤਰਾਂ 'ਚੋਂ ਬਾਹਰ ਹੀ ਨਹੀਂ ਕਦੀ ਨਿਕਲੇ ਸਿਰਫ ਜੂਨੀਅਰ ਅਫਸਰਾਂ ਨੂੰ ਮੌਤਲ ਕਰਨ ਦੇ ਨਾਲ ਮਾਮਲਾ ਹੱਲ ਨਹੀਂ ਹੋਏਗਾ ਅਦਾਲਤ ਨੇ ਭਲਕੇ ਤੱਕ ਕਾਰਵਾਈ ਦੀ ਰਿਪੋਰਟ ਮੰਗ ਲਈ ਹੈ ਤੇ ਨਾਲ ਹੀ ਕਿਹਾ ਹੈ ਕਿ ਜੇਕਰ ਜਾਂਚ ਅਧਿਕਾਰੀ ਸਹੀ ਤਰੀਕੇ ਦੇ ਨਾਲ ਜਾਂਚ ਨਹੀਂ ਕਰਦੇ ਤਾਂ ਇਹ ਮਾਮਲਾ ਕੇਂਦਰੀ ਏਜੰਸੀਆਂ ਨੂੰ ਸੌਂਪਿਆ ਜਾ ਸਕਦਾ ਹੈ। ਅਗਲੀ ਸੁਣਵਾਈ 2 ਅਗਸਤ ਨੂੰ ਹੋਏਗੀ। ਫਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਵੱਲੋਂ NSA ਦੇ ਖਿਲਾਫ ਦਾਇਰ ਕੀਤੀ ਗਈ ਪਟੀਸ਼ਨ ਤੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਹਾਈ ਕੋਰਟ ਨੇ 28 ਅਗਸਤ ਦੇ ਲਈ ਕੇਂਦਰ ਤੇ ਪੰਜਾਬ ਸਰਕਾਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਅਦਾਲਤ ਨੇ ਸਰਕਾਰ ਦੇ ਵਕੀਲ ਨੂੰ ਐਨਐਸਏ ਲਗਾਉਣ ਦੇ ਨਾਲ ਸਬੰਧਤ ਰਿਕਾਰਡ ਪੇਸ਼ ਕਰਨ ਦੇ ਲਈ ਵੀ ਆਖ ਦਿੱਤਾ ਹੈ ਅਮਰਪਾਲ ਸਿੰਘ ਨੇ ਆਪਣੇ ਉੱਪਰ ਲੱਗੇ ਹੋਏ ਐਨਐਸਏ ਦੇ ਵਿੱਚ ਜੋ ਵਾਅਦਾ ਕੀਤਾ ਗਿਆ ਇਸ ਨੂੰ ਚੁਣੌਤੀ ਦਿੱਤੀ ਸੀ ਪੰਜਾਬ ਰੈਨ ਹਾਈ ਕੋਰਟ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਸੰਸਦ ਮੈਂਬਰ ਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਲਗਾਉਣਾ ਗਲਤ ਹੈ ਇਸ ਮਾਮਲੇ ਦੀ ਅੱਜ ਅਦਾਲਤ ਦੇ ਵਿੱਚ ਸੁਣਵਾਈ ਹੋਈ ਹੈ ਅਦਾਲਤ ਨੇ ਇਸ ਕੇਸ ਦੇ ਵਿੱਚ ਕੇਂਦਰ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਇਸ ਦੌਰਾਨ ਮਾਮਲੇ ਦੀ ਹੁਣ ਅਗਲੀ ਸੁਣਵਾਈ 28 ਅਗਸਤ ਤੱਕ ਕਰ ਦਿੱਤੀ ਗਈ ਹੈ। ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੇਵਾਲ ਨੇ ਅੱਜ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਆ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਤਿੰਨ ਨੂੰ ਛੱਡ ਕੇ ਸਾਰੇ ਮਿਲਕ ਪਲਾਂਟ, ਇੱਕ ਦੋ ਨੂੰ ਛੱਡ ਕੇ ਸਾਰੀਆਂ ਖੰਡ ਮੀਲਾਂ, ਪੰਜਾਬ ਦੇ ਕੋਆਪਰੇਟਿਵ ਅਤੇ ਲੈਂਡ ਮਾਰਗੇਜ ਬੈਂਕਾਂ ਸਮੇਤ ਸਾਰੇ ਸਹਿਕਾਰੀ ਅਦਾਰੇ ਘਾਟੇ ਦੇ ਵਿੱਚ ਹੋਣ ਕਰਕੇ ਡੁੱਬਣ ਜਾ ਰਹੇ ਨੇ। ਰਾਜਪਾਲ ਨੇ ਸਬੰਧੀ ਦੱਸਿਆ ਕਿ ਉਹਨਾਂ ਨੇ ਪੰਜਾਬ ਦੇ ਰਜਿਸਟਰ ਸਹਿਕਾਰੀ ਸੁਭਾਵਾਂ ਨੂੰ ਮਿਲ ਕੇ ਜੋ ਸਹਿਕਾਰੀ ਸੁਭਾਵਾਂ ਦੇ ਪੰਜਾਬ ਦੇ ਕਸਟੋਡੀਅਨ ਨੇ ਉਹਨਾਂ ਨੂੰ ਸਾਰੀ ਸਥਿਤੀ ਤੋਂ ਜਾਣੂ ਵੀ ਕਰਵਾ ਦਿੱਤਾ ਹੈ ਇਸ ਮੌਕੇ ਤੇ ਰਾਜਪਾਲ ਨੇ ਕਿਹਾ ਕਿ ਪੰਜਾਬ ਦੇ ਸਹਿਕਾਰੀ ਬੈਂਕ 88 ਦੇ ਵਿੱਚੋਂ 65 ਘਾਟੇ ਚੱਲ ਰਹੇ ਪੰਜਾਬ ਦੇ ਨਵੇਂ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਬੁੱਧਵਾਰ ਨੂੰ ਸੌਂਚਕ ਲਈ ਹੈ ਪੰਜਾਬ ਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਵੱਲੋਂ ਇਹ ਸੌਂਚਕਾਈ ਗਈ ਇਸ ਮੌਕੇ ਸੀਐਮ ਭਗਵੰਤ ਮਾਨ ਵੀ ਪਹੁੰਚਦੇ ਐ ਤੇ ਹਰਿਆਣਾ ਦੇ ਰਾਜਪਾਲ ਵੀ ਇੱਥੇ ਹੁੰਦੇ ਨੇ ਸੌਂਚਕਣ ਤੋਂ ਬਾਅਦ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਉਹ ਲੋਕ ਸੇਵਕ ਵਜੋਂ ਕੰਮ ਕਰਨਗੇ ਅੱਜ ਉਹਨਾਂ ਦਾ ਪਹਿਲਾ ਦਿਨ ਹੈ ਜੇਕਰ ਕੋਈ 6 ਮਹੀਨੇ ਬਾਅਦ ਆਪਣੇ ਕੰਮ ਦੀ ਸਮੀਖਿਆ ਕਰੇ ਤਾਂ ਉਸ ਨੂੰ ਪਤਾ ਲੱਗੇਗਾ ਕਿ ਕੰਮ ਕਿਵੇਂ ਹੋਇਆ ਉਹ ਪੰਜਾਬ ਦੇ ਹਰ ਪਿੰਡ 'ਚ ਜਾਣਗੇ ਹਰ ਖੇਤਰ 'ਚ ਜਾਣਗੇ ਸਰਹੱਦੀ ਇਲਾਕਿਆਂ ਦਾ ਦੌਰਾ ਵੀ ਕਰਨਗੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਹਨਾਂ ਦੇ ਰਿਸ਼ਤੇ ਕਿਹੋ ਜਿਹੇ ਹੋਣਗੇ ਤਾਂ ਉਹਨਾਂ ਨੇ ਕਿਹਾ ਕਿ ਇਹ ਸਮਾਂ ਹੀ ਤੈਅ ਕਰੇਗਾ ਕਿ ਉਹਨਾਂ ਦੇ ਨਾਲ ਕਿਸ ਤਰ੍ਹਾਂ ਦੇ ਸੰਬੰਧ ਹੋਣਗੇ ਹਾਲਾਂਕਿ ਪਿਛਲੀ ਵਾਰ ਜਿਹੜੇ ਪਿਛਲੇ ਰਾਜਪਾਲ ਹੁੰਦੇ ਸੀ ਬਨਵਾਰੀ ਲਾਲ ਪ੍ਰੋਹਿਤ ਉਹਨਾਂ ਦੇ ਕਾਫੀ ਰੇਡ ਕਰ ਰਿਹਾ ਸਿੰਪਗੰਤ ਮੰਤਮਤ ਦੇ ਨਾਲ ਇੱਕ ਦੂਜੇ ਦੇ ਉੱਪਰ ਚਿੱਠੀਆਂ ਦੇ ਰਾਹੀਂ ਸ਼ਬਦੀ ਹਮਲੇ ਵੀ ਕਰਦੇ ਰਹੇ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਦੇ ਵਿੱਚ ਸਿੱਧੂ ਮੁਸੇਵਾਲਾ ਦਾ ਬੁੱਤ ਸਥਾਪਿਤ ਕੀਤਾ ਜਾਵੇਗਾ ਇਹ ਦਾਵਾ ਸਿਰਸਾ ਦੀ ਡੱਬ ਵਾਲੀ ਸੀਟ ਤੋਂ ਵਿਧਾਨ ਸਭਾ ਚੋਣ ਲੜਨ ਦੀ ਤਿਆਰੀ ਕਰ ਰਹੇ ਜਨਤਾ ਜਨਨਾਇਕ ਜਨਤਾ ਪਾਰਟੀ ਯਾਨਕੀ ਜਜਪੀ ਦੇ ਪ੍ਰਮੁੱਖ ਜਰਨਲ ਸਕੱਤਰ ਦਿਗ ਵਿਜੇ ਚੌਟਾਲਾ ਨੇ ਕੀਤਾ ਦਿਗ ਵਿਜੇ ਚੌਟਾਲਾ ਨੇ ਇਹ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਡੱਬ ਵਾਲੀ ਦੇ ਵਿੱਚ ਸਿੱਧੂ ਮੁਸੇਵਾਲਾ ਦਾ ਬੁੱਤ ਲਗਾਇਆ ਜਾਏਗਾ ਚੋਟਾਲਾ ਦਾ ਕਹਿਣਾ ਹੈ ਕਿ ਇਹ ਮੂਰਤੀ ਅਗਲੇ 2 ਮਹੀਨਿਆਂ ਦੇ ਵਿੱਚ ਬਣ ਕੇ ਤਿਆਰ ਹੋ ਜਾਏਗੀ ਇਸ ਦੇ ਲਈ ਡੱਬ ਵਾਲੀ ਦੇ ਵਿੱਚ ਇੱਕ ਖਾਸ ਜਗ੍ਹਾ ਤੈਅ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਸਿੱਧੂ ਮਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੋਂ ਬੁੱਤ ਲਗਾਉਣ ਦੀ ਮਨਜ਼ੂਰੀ ਲੈ ਲਈ ਹੈ। ਜਿਸ ਤੋਂ ਬਾਅਦ ਬਲਕੌਰ ਸਿੰਘ ਖੁਦ ਆ ਕੇ ਇਸ ਦੀ ਓਪਨਿੰਗ ਕਰਨਗੇ। ਆਯੂਸ਼ਮਾਨ ਭਾਰਤ ਯੋਜਨਾ ਦੇ ਵਿੱਚ ਘਟਾਲੇ ਸਬੰਧੀ ਈਡੀ ਵੱਲੋਂ ਦਿੱਲੀ, ਚੰਡੀਗੜ੍ਹ, ਪੰਜਾਬ, ਹਿਮਾਚਲ ਪ੍ਰਦੇਸ਼ ਯਾਨਕਿ ਹਿਮਾਚਲ ਦੇ ਕਾਂਗੜਾ, ਊਨਾ, ਸ਼ਿਮਲਾ, ਮੰਡੀ ਕੁਲੂ ਕੁੱਲ ਮਿਲਾ ਕੇ 19 ਥਾਵਾਂ ਤੇ ਛਾਪੇਮਾਰੀ ਕੀਤੀ ਗਈ। ਇਹ ਰੇਡ ਆਇਸ਼ਵਮਾਨ ਯੋਜਨਾ ਦੇ ਤਹਿਤ ਜਾਲੀ ਕਾਰਡ ਬਣਾਉਣ ਦੇ ਲਈ ਕੀਤੀ ਗਈ ਹੈ ਜਿਸ ਰਾਹੀਂ ਬੰਕੀ બિਹਾਰੀ ਹਸਪਤਾਲ, ਫੋਰਟਿਸ ਹਸਪਤਾਲ ਸਮੇਤ ਕਈ ਵੱਡੇ ਹਸਪਤਾਲਾਂ ਦੇ ਵਿੱਚ ਅਜਿਹੇ ਫਰਜ਼ੀ ਕਾਰਡਾਂ ਤੇ ਕਈ ਮੈਡੀਕਲ ਬਿੱਲ ਬਣਾ ਲਏ ਗਏ ਜਿਸ ਦੇ ਨਾਲ ਸਰਕਾਰੀ ਖਜ਼ਾਨੇ ਨੂੰ ਤਾਂ ਨੁਕਸਾਨ ਹੁੰਦਾ ਹੀ ਹੈ ਨਾਲ ਦੀ ਨਾਲ ਜਨਤਾ ਦਾ ਵੀ ਇਸ ਦੇ ਵਿੱਚ ਨੁਕਸਾਨ ਹੁੰਦਾ ਹੈ। ਹਿਮਾਚਲ ਪ੍ਰਦੇਸ਼ ਦੇ ਨਗਰੋਟਾ ਤੋਂ ਕਾਂਗਰਸੀ ਵਿਧਾਇਕ ਆਰ.ਐਸ. ਬਾਲੀ हिमाचल प्रदेश टूरिज्म डेवलपमेंट कॉर्पोरेशन ਦੇ ਚੇਅਰਮੈਨ ਤੇ हिमाचल प्रदेश टूरिज्म डेवलपमेंट बोर्ड ਦੇ ਵਾਈਸ ਚੇਅਰਮੈਨ ਇਹਨਾਂ ਦੇ ਵੀ ਇਸ ਧੋਖਾਧੜੀ ਦੇ ਵਿੱਚ ਨਾਮ ਸਾਹਮਣੇ ਆ ਚੁੱਕਿਆ ਹੈ ਉਹਨਾਂ ਦੇ ਟਿਕਾਣਿਆਂ ਤੇ ਵੀ ਤਲਾਸ਼ੀ ED ਨੇ ਕੀਤੀ ਹੈ ਨਵਾਂ ਸ਼ਹਿਰ ਜ਼ਿਲ੍ਹੇ ਦੇ ਇੱਕ ਨੌਜਵਾਨ ਦੀ ਅਮਰੀਕਾ ਦੇ ਵਿੱਚ ਮੌਤ ਹੋ ਗਈ ਹੈ ਨੌਜਵਾਨ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਕਰਕੇ ਉਹ ਹਾਦਸੇ ਦਾ ਸ਼ਿਕਾਰ ਹੋਇਆ ਮੌਤ ਹੋ ਗਈ ਮ੍ਰਿਤਕ ਰੋਹਿਤ ਸ਼ਰਮਾ ਰੇਲਵੇ ਰੋਡ ਵਾਸੀ ਬੰਗਾ ਜ਼ਿਲ੍ਹਾ ਨਵਾਂ ਸ਼ਹਿਰ ਦਾ ਰਹਿਣ ਵਾਲਾ ਸੀ ਮ੍ਰਿਤਕ ਰੋਹਿਤ ਸ਼ਰਮਾ ਰੇਲਵੇ ਰੋਡ ਵਾਸੀ ਬੰਗਾ ਜ਼ਿਲ੍ਹਾ ਨਵਾਂ ਸ਼ਹਿਰ ਦਾ ਰਹਿਣ ਵਾਲਾ ਸੀ ਜੋ 2015 ਦੇ ਵਿੱਚ ਆਸਟ੍ਰੇਲੀਆ ਗਿਆ ਸੀ ਫਿਰ ਉੱਥੋਂ 2016 ਚ ਯੂਕੇ ਮੂਵ ਹੋ ਜਾਂਦਾ ਹੈ ਤੇ ਕਾਫੀ ਸਾਲ ਯੂਕੇ ਚ ਬਿਤਾਉਣ ਤੋਂ ਬਾਅਦ ਉਹ 2022 ਦੇ ਵਿੱਚ ਕੈਨੇਡਾ ਚਲਾ ਜਾਂਦਾ ਤੇ 4 ਮਹੀਨੇ ਪਹਿਲਾਂ ਹੀ ਆਪਣੇ ਦੋਸਤ ਦੇ ਕੋਲ ਅਮਰੀਕਾ ਪਹੁੰਚਿਆ ਸੀ 25 ਜੁਲਾਈ ਨੂੰ ਅਮਰੀਕਾ ਰਹਿੰਦੇ ਦੋਸਤ ਉਸਦੇ ਨੇ ਫੋਨ ਕਰਕੇ ਪਰਿਵਾਰ ਨੂੰ ਦੱਸਿਆ ਕਿ ਤੁਹਾਡਾ ਲੜਕਾ ਕੰਮ ਤੋਂ ਘਰ ਆ ਰਿਹਾ ਹੁੰਦਾ ਤੇ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਕਰਕੇ ਉਸਦੀ ਮੌਕੇ ਤੇ ਮੌਤ ਹੋਈ ਹੈ ਰੋਹਿਤ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ ਦਾ ਅਮਰੀਕਾ ਦੇ ਵਿੱਚ ਉਹਨਾਂ ਦੇ ਰਹਿੰਦੇ ਰਿਸ਼ਤੇਦਾਰਾਂ ਨੇ ਅੰਤਿਮ ਸੰਸਕਾਰ ਕਰ ਦਿੱਤਾ। ਹੁਣ ਪਰਿਵਾਰ ਨੇ ਗੁਹਾਰ ਲਗਾਈ ਹੈ ਕਿ ਪੁੱਤ ਦੀਆਂ ਅਸਤੀਆਂ ਭਾਰਤ ਲੈ ਕੇ ਆਉਣ ਦੇ ਲਈ ਕੇਂਦਰ ਸਰਕਾਰ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਮਦਦ ਕਰੇ। ਪੈਰਿਸ 올림픽 ਦੇ ਵਿੱਚ ਵਕ-ਵਕ ਮੁਕਾਬਲੇ ਚੱਲ ਰਹੇ ਐ ਤੇ ਬੈਡਮਿੰਟਨ 'ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਪੀਵੀ ਸਿੰਧੂ ਨੇ ਸਿੰਗਲਸ ਮੁਕਾਬਲੇ ਦਾ ਦੂਜਾ ਮੈਚ ਜਿੱਤ ਲਿਆ। ਰਾਉਂਡ ਆਫ 16 ਨੌਕਆਊਟ ਦੇ ਵਿੱਚ ਉਹ ਪਹੁੰਚ ਚੁੱਕੇ ਨੇ। ਇਸ ਤੋਂ ਬਾਅਦ ਭਾਰਤੀ ਨਿਸ਼ਾਨੇਬਾਜ਼ ਸੁਪਨੀਲ ਕੁਸ਼ਲੇ ਪੁਰਸ਼ਾਂ ਦੀ 50 ਮੀਟਰ ਰਾਈਫਲ ਤਿੰਨ ਪੋਜੀਸ਼ਨ ਤੇ ਫਾਈਨਲ ਦੇ ਵਿੱਚ ਪਹੁੰਚ ਗਏ ਨੇ। ਉਹਨਾਂ ਨੇ ਕੁਆਲੀਫਿਕੇਸ਼ਨ ਰਾਉਂਡ ਦੇ ਵਿੱਚ 590 ਸਕੋਰ ਬਣਾਏ ਤੇ 7ਵੇਂ ਸਥਾਨ ਤੇ ਪਹੁੰਚ ਗਏ ਨੇ। ਕੁਆਲੀਫਿਕੇਸ਼ਨ ਰਾਉਂਡ ਦੇ ਵਿੱਚ ਚੋਟੀ ਦੇ 8 ਨਿਸ਼ਾਨੇਵਾਜ਼ ਫਾਈਨਲ ਦੇ ਵਿੱਚ ਪਹੁੰਚੇ ਨੇ। ਇਹਨਾਂ ਦੇ ਵਿੱਚ ਇੱਕ ਭਾਰਤੀ ਖਿਡਾਰੀ ਵੀ ਹੈ ਤੇ ਉਹ ਕੱਲ ਨੂੰ ਤਗਮੇ ਦੇ ਲਈ ਮੈਚ ਉਹਨਾਂ ਦਾ ਦੁਪਹਿਰ 1 ਵਜੇ ਹੋਏਗਾ। ਇਸ ਤੋਂ ਇਲਾਵਾ ਭਾਰਤੀ ਸ਼ਟਲਰ ਲક્ષਯ ਸੇਨ ਨੇ ਵਿਸ਼ਵ ਨੰਬਰ 3 ਦੀ ਜਿਹੜੀ ਖਿਡਾਰਣ ਹੈ ਇਹਨਾਂ ਨੂੰ 21 18 21 12 ਦੇ ਨਾਲ ਹਰਾ ਕੇ ਜਿਹੜਾ ਹੈ ਪੁਰਸ਼ਾਂ ਦੇ ਰਾਉਂਡ ਆਫ 16 ਦੇ ਲਈ ਕੁਆਲੀਫਾਈ ਕੀਤਾ ਫਿਲਹਾਲ 5 ਵਜੇ ਦੀਆਂ ਖਾਸ ਖਬਰਾਂ ਦੇ ਵਿੱਚ ਨਹੀਂ ਮਿੰਦਿਓ ਇਜਾਜ਼ਤ ਧੰਨਵਾਦ